ਹਾਂਜੀ, ਤਕਰੀਬਨ 2:30 ਵਜੇ ਡਿਊਟੀ ਰੂਮ 'ਚ ਇੱਕ ਪੇਸ਼ੈਂਟ ਆਇਆ ਸਾਡੇ ਕੋਲ। ਮੈਨੂੰ ਕਹਿ ਰਿਹਾ ਸੀ ਕਿ ਮੈਨੂੰ ਸਾਹ ਦੀ ਤਕਲੀਫ ਹੈ, ਅਤੇ ਮੈਂ ਉਹਨੂੰ ਕਿਹਾ ਤੁਸੀਂ ਐਮਰਜੈਂਸੀ ਵਾਰਡ ਬੈੱਡ 'ਤੇ ਜਾ ਕੇ ਲੇਟੋ, ਅਸੀਂ ਹੁਣੇ ਆ ਗਏ ਚੈੱਕ ਕਰਦੇ ਹਾਂ। ਪਰ ਇੰਨੇ 'ਚ ਉਹ ਗੁੱਸੇ 'ਚ ਆ ਗਿਆ, ਹਾਈਪਰ ਹੋ ਗਿਆ ਅਤੇ ਗਾਲਾਂ ਕੱਢਣ ਲੱਗ ਪਿਆ, ਮੌਜੂਦਾ ਸਰਕਾਰ ਨੂੰ ਗਾਲਾਂ ਕੱਢਣ ਲੱਗ ਪਿਆ, ਸਾਨੂੰ ਗਾਲਾਂ ਕੱਢਣ ਲੱਗ ਪਿਆ। ਮੇਰੇ ਨਾਲ ਡਾਕਟਰ ਸਾਹਿਬ ਹੋਰ ਵੀ ਰੂਮ ਵਿੱਚ ਸੀ, ਡਾਕਟਰ ਪਰਮਵੀਰ ਸਿੰਘ ਰਾਏ, ਉਹਨਾਂ ਨੂੰ ਗਾਲਾਂ ਕੱਢਣ ਲੱਗ ਪਿਆ ਅਤੇ ਗੁੱਸੇ 'ਚ ਆ ਕੇ ਡਿਊਟੀ ਰੂਮ ਵਾਲੇ ਟੇਬਲ 'ਤੇ ਹੱਥ ਮਾਰ ਕੇ ਸ਼ੀਸ਼ਾ ਭੰਨਤਾ ਅਤੇ ਗਾਲੀ ਗਲੋਚ ਕਰਦਾ ਬਾਹਰ ਚਲ ਗਿਆ। ਦੁਬਾਰਾ ਬਾਹਰ ਜਾ ਕੇ ਐਮਰਜੈਂਸੀ ਵਾਲਾ ਜੋ ਕਮਰਾ ਹੈਗਾ ਆਪਣਾ ਦਰਵਾਜ਼ਾ ਜੀ, ਉੱਥੇ ਸ਼ੀਸ਼ੇ 'ਤੇ ਮੁੱਕਾ ਮਾਰ ਕੇ ਉਹ ਤੋੜਤਾ ਜੀ, ਅਤੇ ਫਿਰ ਮੈਨੂੰ ਜਾਨੋਂ ਮਾਰਦੇ ਨੇ ਧਮਕੀਆਂ ਦਿੱਤੀਆਂ, ਅਤੇ ਮੈਨੂੰ ਕਹਿੰਦਾ ਕਿ ਤੁਹਾਨੂੰ ਮੈਂ ਗੋਲੀ ਮਾਰ ਦਾਂਗਾ। ਉਸ ਤੋਂ ਬਾਅਦ ਸਾਡੇ ਜੋ ਸਟਾਫ ਨੂੰ ਹੈ ਉਹਨਾਂ ਨੂੰ ਗਾਲਾਂ ਕੱਢੀਆਂ, ਅਤੇ ਆਪਾਂ ਫਿਰ ਵੀ ਉਹਦਾ ਇਲਾਜ ਕੀਤਾ, ਜੋ ਵੀ ਉਹਦੇ ਹੱਥ 'ਤੇ ਸੱਟ ਲੱਗੀ ਸੀਗੀ ਸ਼ੀਸ਼ੇ 'ਤੇ ਹੱਥ ਮਾਰਨ ਕਰਕੇ, ਆਪਾਂ ਉਹਦਾ ਇਲਾਜ ਕੀਤਾ, ਪੱਟੀਆਂ ਕੀਤੀਆਂ। ਅਤੇ ਫਿਰ ਆਪਾਂ ਡਾਕਟਰ ਸਾਹਿਬ ਨੇ, ਨਾਲ ਦੇ ਡਾਕਟਰ ਸਾਹਿਬ ਨੇ ਪੁਲਿਸ ਨੂੰ ਇਤਲਾਹ ਦਿੱਤੀ ਜੀ, ਪੁਲਿਸ ਆ ਗਈ ਸੀਗੀ ਅਤੇ ਉਹਨੂੰ ਲੈ ਕੇ ਚਲ ਗਈ ਹੈ, ਅਤੇ ਬਾਕੀ ਜੋ ਲੋੜੀਂਦੀ ਕਾਰਵਾਈ ਆਪਾਂ ਪੁਲਿਸ ਨੂੰ ਰਿਕੁਐਸਟ ਪਾਈ ਹੋਈ ਹੈ ਜੀ, ਦੇਖੋ ਕੀ ਬਣਦਾ। ਉਹ ਕਹਿ ਰਿਹਾ ਸੀਗਾ ਜੀ ਕਿ ਮੈਂ ਤੁਹਾਨੂੰ ਜਾਨੋਂ ਮਾਰ ਦਾਂਗਾ, ਉਹਨੇ ਆਪਣੇ ਡੱਬ ਵਿੱਚ ਹੱਥ ਵੀ ਪਾਇਆ ਸੀਗਾ, ਉਹਦੇ ਕੋਲ ਕੋਈ ਰਿਵੋਲਵਰ ਟਾਈਪ ਲੱਗ ਰਹੀ ਸੀਗੀ। ਬਾਕੀ ਪੁਲਿਸ ਨੂੰ ਆਪਾਂ ਦੱਸਤਾ ਜੀ, ਉਹ ਦੇਖੋ ਹੁਣ ਅੱਗੇ ਕੀ ਰਿਕਵਰੀ ਕਰਦੀ ਹੈ, ਪਿਸਟਲ ਵਗੈਰਾ ਸ਼ਾਇਦ ਸੀਗੀ ਮੈਨੂੰ ਲੱਗ ਰਿਹਾ। ਬਾਕੀ ਉਹ ਨਸ਼ੇ 'ਚ ਵੀ ਸੀਗਾ ਅਤੇ ਕਾਫੀ ਅਗਰੈਸਿਵ ਸੀਗਾ ਜੀ ਉਹ। ਹਾਂਜੀ, ਤਕਰੀਬਨ 2:30 ਵਜੇ ਡਿਊਟੀ ਰੂਮ 'ਚ ਇੱਕ ਪੇਸ਼ੈਂਟ ਆਇਆ ਸਾਡੇ ਕੋਲ। ਮੈਨੂੰ ਕਹਿ ਰਿਹਾ ਸੀ ਕਿ ਮੈਨੂੰ ਸਾਹ ਦੀ ਤਕਲੀਫ ਹੈ, ਅਤੇ ਮੈਂ ਉਹਨੂੰ ਕਿਹਾ ਤੁਸੀਂ ਐਮਰਜੈਂਸੀ ਵਾਰਡ ਬੈੱਡ 'ਤੇ ਜਾ ਕੇ ਲੇਟੋ, ਅਸੀਂ ਹੁਣੇ ਆ ਗਏ ਚੈੱਕ ਕਰਦੇ ਹਾਂ। ਪਰ ਇੰਨੇ 'ਚ ਉਹ ਗੁੱਸੇ 'ਚ ਆ ਗਿਆ, ਹਾਈਪਰ ਹੋ ਗਿਆ ਅਤੇ ਗਾਲਾਂ ਕੱਢਣ ਲੱਗ ਪਿਆ, ਮੌਜੂਦਾ ਸਰਕਾਰ ਨੂੰ ਗਾਲਾਂ ਕੱਢਣ ਲੱਗ ਪਿਆ, ਸਾਨੂੰ ਗਾਲਾਂ ਕੱਢਣ ਲੱਗ ਪਿਆ। ਮੇਰੇ ਨਾਲ ਡਾਕਟਰ ਸਾਹਿਬ ਹੋਰ ਵੀ ਰੂਮ ਵਿੱਚ ਸੀ, ਡਾਕਟਰ ਪਰਮਵੀਰ ਸਿੰਘ ਰਾਏ, ਉਹਨਾਂ ਨੂੰ ਗਾਲਾਂ ਕੱਢਣ ਲੱਗ ਪਿਆ ਅਤੇ ਗੁੱਸੇ 'ਚ ਆ ਕੇ ਡਿਊਟੀ ਰੂਮ ਵਾਲੇ ਟੇਬਲ 'ਤੇ ਹੱਥ ਮਾਰ ਕੇ ਸ਼ੀਸ਼ਾ ਭੰਨਤਾ ਅਤੇ ਗਾਲੀ ਗਲੋਚ ਕਰਦਾ ਬਾਹਰ ਚਲ ਗਿਆ। ਦੁਬਾਰਾ ਬਾਹਰ ਜਾ ਕੇ ਐਮਰਜੈਂਸੀ ਵਾਲਾ ਜੋ ਕਮਰਾ ਹੈਗਾ ਆਪਣਾ ਦਰਵਾਜ਼ਾ ਜੀ, ਉੱਥੇ ਸ਼ੀਸ਼ੇ 'ਤੇ ਮੁੱਕਾ ਮਾਰ ਕੇ ਉਹ ਤੋੜਤਾ ਜੀ, ਅਤੇ ਫਿਰ ਮੈਨੂੰ ਜਾਨੋਂ ਮਾਰਦੇ ਨੇ ਧਮਕੀਆਂ ਦਿੱਤੀਆਂ, ਅਤੇ ਮੈਨੂੰ ਕਹਿੰਦਾ ਕਿ ਤੁਹਾਨੂੰ ਮੈਂ ਗੋਲੀ ਮਾਰ ਦਾਂਗਾ। ਉਸ ਤੋਂ ਬਾਅਦ ਸਾਡੇ ਜੋ ਸਟਾਫ ਨੂੰ ਹੈ ਉਹਨਾਂ ਨੂੰ ਗਾਲਾਂ ਕੱਢੀਆਂ, ਅਤੇ ਆਪਾਂ ਫਿਰ ਵੀ ਉਹਦਾ ਇਲਾਜ ਕੀਤਾ, ਜੋ ਵੀ ਉਹਦੇ ਹੱਥ 'ਤੇ ਸੱਟ ਲੱਗੀ ਸੀਗੀ ਸ਼ੀਸ਼ੇ 'ਤੇ ਹੱਥ ਮਾਰਨ ਕਰਕੇ, ਆਪਾਂ ਉਹਦਾ ਇਲਾਜ ਕੀਤਾ, ਪੱਟੀਆਂ ਕੀਤੀਆਂ। ਅਤੇ ਫਿਰ ਆਪਾਂ ਡਾਕਟਰ ਸਾਹਿਬ ਨੇ, ਨਾਲ ਦੇ ਡਾਕਟਰ ਸਾਹਿਬ ਨੇ ਪੁਲਿਸ ਨੂੰ ਇਤਲਾਹ ਦਿੱਤੀ ਜੀ, ਪੁਲਿਸ ਆ ਗਈ ਸੀਗੀ ਅਤੇ ਉਹਨੂੰ ਲੈ ਕੇ ਚਲ ਗਈ ਹੈ, ਅਤੇ ਬਾਕੀ ਜੋ ਲੋੜੀਂਦੀ ਕਾਰਵਾਈ ਆਪਾਂ ਪੁਲਿਸ ਨੂੰ ਰਿਕੁਐਸਟ ਪਾਈ ਹੋਈ ਹੈ ਜੀ, ਦੇਖੋ ਕੀ ਬਣਦਾ। ਉਹ ਕਹਿ ਰਿਹਾ ਸੀਗਾ ਜੀ ਕਿ ਮੈਂ ਤੁਹਾਨੂੰ ਜਾਨੋਂ ਮਾਰ ਦਾਂਗਾ, ਉਹਨੇ ਆਪਣੇ ਡੱਬ ਵਿੱਚ ਹੱਥ ਵੀ ਪਾਇਆ ਸੀਗਾ, ਉਹਦੇ ਕੋਲ ਕੋਈ ਰਿਵੋਲਵਰ ਟਾਈਪ ਲੱਗ ਰਹੀ ਸੀਗੀ। ਬਾਕੀ ਪੁਲਿਸ ਨੂੰ ਆਪਾਂ ਦੱਸਤਾ ਜੀ, ਉਹ ਦੇਖੋ ਹੁਣ ਅੱਗੇ ਕੀ ਰਿਕਵਰੀ ਕਰਦੀ ਹੈ, ਪਿਸਟਲ ਵਗੈਰਾ ਸ਼ਾਇਦ ਸੀਗੀ ਮੈਨੂੰ ਲੱਗ ਰਿਹਾ। ਬਾਕੀ ਉਹ ਨਸ਼ੇ 'ਚ ਵੀ ਸੀਗਾ ਅਤੇ ਕਾਫੀ ਅਗਰੈਸਿਵ ਸੀਗਾ ਜੀ ਉਹ। ਹਾਂਜੀ, ਤਕਰੀਬਨ 2:30 ਵਜੇ ਡਿਊਟੀ ਰੂਮ 'ਚ ਇੱਕ ਪੇਸ਼ੈਂਟ ਆਇਆ ਸਾਡੇ ਕੋਲ। ਮੈਨੂੰ ਕਹਿ ਰਿਹਾ ਸੀ ਕਿ ਮੈਨੂੰ ਸਾਹ ਦੀ ਤਕਲੀਫ ਹੈ, ਅਤੇ ਮੈਂ ਉਹਨੂੰ ਕਿਹਾ ਤੁਸੀਂ ਐਮਰਜੈਂਸੀ ਵਾਰਡ ਬੈੱਡ 'ਤੇ ਜਾ ਕੇ ਲੇਟੋ, ਅਸੀਂ ਹੁਣੇ ਆ ਗਏ ਚੈੱਕ ਕਰਦੇ ਹਾਂ। ਪਰ ਇੰਨੇ 'ਚ ਉਹ ਗੁੱਸੇ 'ਚ ਆ ਗਿਆ, ਹਾਈਪਰ ਹੋ ਗਿਆ ਅਤੇ ਗਾਲਾਂ ਕੱਢਣ ਲੱਗ ਪਿਆ, ਮੌਜੂਦਾ ਸਰਕਾਰ ਨੂੰ ਗਾਲਾਂ ਕੱਢਣ ਲੱਗ ਪਿਆ, ਸਾਨੂੰ ਗਾਲਾਂ ਕੱਢਣ ਲੱਗ ਪਿਆ। ਮੇਰੇ ਨਾਲ ਡਾਕਟਰ ਸਾਹਿਬ ਹੋਰ ਵੀ ਰੂਮ ਵਿੱਚ ਸੀ, ਡਾਕਟਰ ਪਰਮਵੀਰ ਸਿੰਘ ਰਾਏ, ਉਹਨਾਂ ਨੂੰ ਗਾਲਾਂ ਕੱਢਣ ਲੱਗ ਪਿਆ ਅਤੇ ਗੁੱਸੇ 'ਚ ਆ ਕੇ ਡਿਊਟੀ ਰੂਮ ਵਾਲੇ ਟੇਬਲ 'ਤੇ ਹੱਥ ਮਾਰ ਕੇ ਸ਼ੀਸ਼ਾ ਭੰਨਤਾ ਅਤੇ ਗਾਲੀ ਗਲੋਚ ਕਰਦਾ ਬਾਹਰ ਚਲ ਗਿਆ। ਦੁਬਾਰਾ ਬਾਹਰ ਜਾ ਕੇ ਐਮਰਜੈਂਸੀ ਵਾਲਾ ਜੋ ਕਮਰਾ ਹੈਗਾ ਆਪਣਾ ਦਰਵਾਜ਼ਾ ਜੀ, ਉੱਥੇ ਸ਼ੀਸ਼ੇ 'ਤੇ ਮੁੱਕਾ ਮਾਰ ਕੇ ਉਹ ਤੋੜਤਾ ਜੀ, ਅਤੇ ਫਿਰ ਮੈਨੂੰ ਜਾਨੋਂ ਮਾਰਦੇ ਨੇ ਧਮਕੀਆਂ ਦਿੱਤੀਆਂ, ਅਤੇ ਮੈਨੂੰ ਕਹਿੰਦਾ ਕਿ ਤੁਹਾਨੂੰ ਮੈਂ ਗੋਲੀ ਮਾਰ ਦਾਂਗਾ। ਉਸ ਤੋਂ ਬਾਅਦ ਸਾਡੇ ਜੋ ਸਟਾਫ ਨੂੰ ਹੈ ਉਹਨਾਂ ਨੂੰ ਗਾਲਾਂ ਕੱਢੀਆਂ, ਅਤੇ ਆਪਾਂ ਫਿਰ ਵੀ ਉਹਦਾ ਇਲਾਜ ਕੀਤਾ, ਜੋ ਵੀ ਉਹਦੇ ਹੱਥ 'ਤੇ ਸੱਟ ਲੱਗੀ ਸੀਗੀ ਸ਼ੀਸ਼ੇ 'ਤੇ ਹੱਥ ਮਾਰਨ ਕਰਕੇ, ਆਪਾਂ ਉਹਦਾ ਇਲਾਜ ਕੀਤਾ, ਪੱਟੀਆਂ ਕੀਤੀਆਂ। ਅਤੇ ਫਿਰ ਆਪਾਂ ਡਾਕਟਰ ਸਾਹਿਬ ਨੇ, ਨਾਲ ਦੇ ਡਾਕਟਰ ਸਾਹਿਬ ਨੇ ਪੁਲਿਸ ਨੂੰ ਇਤਲਾਹ ਦਿੱਤੀ ਜੀ, ਪੁਲਿਸ ਆ ਗਈ ਸੀਗੀ ਅਤੇ ਉਹਨੂੰ ਲੈ ਕੇ ਚਲ ਗਈ ਹੈ, ਅਤੇ ਬਾਕੀ ਜੋ ਲੋੜੀਂਦੀ ਕਾਰਵਾਈ ਆਪਾਂ ਪੁਲਿਸ ਨੂੰ ਰਿਕੁਐਸਟ ਪਾਈ ਹੋਈ ਹੈ ਜੀ, ਦੇਖੋ ਕੀ ਬਣਦਾ।
ਉਹ ਕਹਿ ਰਿਹਾ ਸੀਗਾ ਜੀ ਕਿ ਮੈਂ ਤੈਨੂੰ ਜਾਨੋਂ ਮਾਰ ਦਾਂਗਾ। ਉਹਨੇ ਆਪਣੇ ਡੱਬ ਵਿੱਚ ਹੱਥ ਵੀ ਪਾਇਆ ਸੀਗਾ, ਉਹਦੇ ਕੋਲ ਕੋਈ ਰਿਵੋਲਵਰ ਟਾਈਪ ਲੱਗ ਰਹੀ ਸੀਗੀ। ਬਾਕੀ ਪੁਲਿਸ ਨੂੰ ਆਪਾਂ ਦੱਸਤਾ ਜੀ, ਉਹ ਦੇਖੋ ਹੁਣ ਅੱਗੇ ਕੀ ਰਿਕਵਰੀ ਕਰਦੀ ਹੈ, ਪਿਸਟਲ ਵਗੈਰਾ ਸ਼ਾਇਦ ਸੀਗੀ ਮੈਨੂੰ ਲੱਗ ਰਿਹਾ। ਬਾਕੀ ਉਹ ਨਸ਼ੇ 'ਚ ਵੀ ਸੀਗਾ ਅਤੇ ਕਾਫੀ ਅਗਰੈਸਿਵ ਸੀਗਾ ਜੀ ਉਹ।